ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਚੈਪਟਰ 1 ਦਾ ਡੋਰ ਹੋਸਟ ਬੇਟੇ ਦੇ ਕੁਐਸਚਨ ਆਨਸਰ ਅਸੀਂ ਸ਼ੁਰੂ ਕੀਤੇ ਹੋਏ ਹੈ ਜਿਹੜੇ ਕਿ ਬਹੁਤ ਹੀ ਇੰਪੋਰਟੈਂਟ ਨੇ ਹਾਂ ਲਾਸਟ ਵਿੱਚ ਕੁਐਸਚਨ ਰਹਿ ਗਏ ਨੇ ਜਿਹੜੇ ਹੁਣ ਅਸੀਂ ਦੋ ਕਰਾਂਗੇ ਬਾਕੀ 4 ਕੁਐਸਚਨ ਅਸੀਂ ਪਹਿਲਾਂ ਕਰ ਚੁੱਕੇ ਹਾਂ ਠੀਕ ਹੈ ਬੇਟਾ ਬਹੁਤ ਇੰਪੋਰਟੈਂਟ ਹੈ ਜਰੂਰ ਕਰਨਾ ਕੋਈ ਮਿਸ ਨਾ ਕਰਨਾ ਹਾਂ ਜਿਹੜਾ 9 ਨੰਬਰ ਤੇ ਕੁਐਸਚਨ ਬੰਦਾ ਹੈ ਕਹਿੰਦੇ ਕਿ ਕਮੈਂਟ ਔਨ ਦਾ ਸਿਗਨੀਫਿਕੈਂਸ ਐਂਡ ਐਪਰੋਪਰੀਟਨਸ ਆਫ ਦਾ ਟਾਈਟਲ ਦਾ ਡਾਲ ਹਾਊਸ ਕਹਿੰਦੇ ਕਿ ਜਿਹੜਾ ਇਹ ਲੈਸਨ ਡਾਲ ਹਾਊਸ ਨੂੰ ਸਰ ਲੇਖ ਦਿੱਤਾ ਗਿਆ ਵਾ ਕਿ ਇਹਦਾ ਮਹੱਤਵ ਹੈਗਾ ਜਾਂ ਇਹ ਟੁਕਮਾ ਸਰ ਲੇਖ ਹੈਗਾ ਤੁਹਾਡਾ ਆਨਸਰ ਕੀ ਹੈ ਦਾ ਟਾਈਟਲ ਆਫ ਦਾ ਸਟੋਰੀ ਇਜ਼ ਵੈਰੀ ਐਪਰੋਪਰੀਏਟ ਐਂਡ ਸਿਗਨੀਫੀਕੈਂਟ ਕਹਿੰਦੇ ਕਿ ਜਿਹੜੀ ਕਹਾਣੀ ਹੈ ਇਹਦਾ ਸਿਰਲੇਖ ਬਹੁਤ ਹੀ ਟੁਕਮਾ ਤੇ ਮਹੱਤਵਪੂਰਨ ਹੈ ਮਾਤਾਪੁਰਵ ਹੈ ਕਹਿੰਦੇ ਨੇ ਕਿ ਮਿਸਿਸ ਹੈ ਸੈਂਡ ਅ ਡਾਲ ਹਾਉਸ ਟੂ ਦਾ ਚਿਲड्रन ਆਫ ਦਾ ਬਰਨੇਲ ਫੈਮਿਲੀ ਇਹਦੇ ਵਿੱਚ ਕੀ ਹੁੰਦਾ ਕਹਾਣੀ ਵਿੱਚ ਕਿ ਮਿਸਿਸ ਹੈ ਹੈ ਜਿਹੜੀ ਉਹਨੇ ਬਰਨੇਲ ਫੈਮਿਲੀ ਦੇ ਬੱਚਿਆਂ ਨੂੰ ਇੱਕ ਡਾਲ ਹਾਉਸ ਭੇਜਿਆ ਹੈ ਦਾ ਡਾਲ ਹਾਉਸ ਇਜ਼ ਸ਼ੋਨ ਟੂ 올 ਦਾ ਚਿਲड्रन ਐਕਸੈਪਟ ਦਾ ਕੈਲਵੀ ਚਿਲड्रन ਕਹਿੰਦੇ ਕਿ ਇਹ ਡਾਲ ਹਾਉਸ ਜਿਹੜਾ ਉਹਨਾਂ ਬੱਚਿਆਂ ਦੁਆਰਾ ਸਾਰੇ ਬੱਚਿਆਂ ਨੂੰ ਦਿਖਾਇਆ ਗਿਆ ਬਿਨਾ ਕਿਸੇ ਮਤਲਬ ਬਿਨਾ ਇਹ ਕੈਲਵੀ ਫੈਮਿਲੀ ਦੇ ਮਤਲਬ ਕੈਲਵੀ ਫੈਮਿਲੀ ਨੂੰ ਜਿਹੜਾ ਹੀ ਉਹ ਉਹਨਾਂ ਨੇ ਡਾਲ ਹੌਸ ਨਹੀਂ ਦਿਖਾਇਆ ਠੀਕ ਹੈ ਇਹ ਲਾਈਨ ਆਫ ਦਾ ਕਲਾਸ ਡਿਸਟ੍ਰਿਕਸ਼ਨ ਇਜ਼ ਡਰਾਉਨ ਐਟ 뎀 ਕਿਉਂਕਿ ਉਹਨਾਂ ਦੇ ਵਿੱਚ ਇਹ ਵਰਗ ਦੀ ਲਾਈਨ ਹੀ ਵਰਗ ਪੱਖਪਾਤ ਕਹਿ ਲਓ ਜਾਂ ਇਹ ਦੇ ਵਿੱਚ ਕਹਿ ਲਓ ਕਿ ਵਰਗ ਭੇਤ ਭਾਵ ਦੀ ਇੱਕ ਰੇਖਾ ਖਿੱਚੀ ਗਈ ਸੀ ਕਿ ਜਿਹੜੇ ਕੈਲਵੀ ਫੈਮਿਲੀ ਦੇ ਬੱਚਿਆਂ ਨੂੰ ਡਾਲਹੋਸ ਨਹੀਂ ਦਿਖਾਇਆ ਗਿਆ ਤੇ ਜਿਹੜੀ ਬੰਡੇਲ ਫੈਮਿਲੀ ਉਹਨੇ ਬਾਕੀ ਸਾਰੇ ਆਪਣੇ ਕਲਾਸ ਫੈਲੋ ਨੂੰ ਡਾਲਹੋਸ ਦਿਖਾਇਆ ਹੈ ਅੱਗੇ ਹੈਗਾ ਕਹਿੰਦਾ ਕਿ ਬਟ ਵਨ ਬਰਨੇਲ ਫੈਮਿਲੀ ਇਨਵਾਈਟ ਦਾ ਕੈਲਵਿਸ ਟੂ ਸੀ ਦਾ ਡਾਲ ਹਾਊਸ ਬਟ ਐਨ ਆਂਟ ਇਨ ਦਾ ਫੈਮਿਲੀ ਸੈਂਡ देम ਅਵੇ ਇਨ ਅ ਰੂਡ ਵੇ ਕਹਿੰਦਾ ਕਿ ਭਾਵੇਂ ਬਰਨੇਲ ਫੈਮਿਲੀ ਦੇ ਬੱਚਿਆਂ ਵਿੱਚ ਇੱਕ ਲੜਕੀ ਸੀ ਜਿਨੇ ਬਹੁਤ ਹਮਦਰਦੀ ਰੱਖਦੀ ਸੀ ਕੈਲਵੀ ਫੈਮਿਲੀ ਦੇ ਬੱਚਿਆਂ ਦੇ ਨਾਲ ਉਹਨੇ ਉਹਨਾਂ ਨੂੰ ਡਾਲ ਹਾਊਸ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ ਬਟ ਜਿਹੜੇ ਪਰਿਵਾਰ ਬਰਨੇਲ ਫੈਮਿਲੀ ਦੇ ਇਕ ਆਂਟ ਹੀ ਉਹਨੇ ਉਹਨਾਂ ਨੂੰ ਬਹੁਤ ਹੀ ਭੱਦੇ ਤਰੀਕੇ ਨਾਲ ਜਾਂ ਕਹਿ ਲਓ ਬੜੇ ਰੂਡ ਬਿਹੇਵੀਅਰ ਉਹਨਾਂ ਨਾਲ ਕੀਤਾ ਤਾਂ ਉਹਨਾਂ ਨੂੰ ਬਾਹਰ ਦੌੜਾ ਦਿੱਤਾ ਠੀਕ ਹੈ ਦ ਸਿਗਨੀਫੀਕੈਂਸ ਆਫ ਦਾ ਡਾਲ ਹਾਊਸ ਲਾਈ ਇਨ ਦਾ ਬ੍ਰਿੰਗਿੰਗ ਆਊਟ ਦਾ ਕਲਾਸ ਡਿਕਟ੍ਰਿਕਸ਼ਨ ਕਹਿੰਦੇ ਕਿ ਜਿਹੜਾ ਹੈਗਾ ਹੈ ਡਾਲ ਹਾਊਸ ਦਾ ਮਹੱਤਵ ਵਰਗ ਦੇ ਪੱਖਪਾਤ ਨੂੰ ਦੱਸਦਾ ਹੈ ਠੀਕ ਹੈ ਵਰਗ ਦੇ ਪੱਖਪਾਤ ਨੂੰ ਦੱਸਦਾ ਜਿਹੜੇ ਸਾਡੇ ਲੋਕਾਂ ਦੇ ਵਿੱਚ ਬਣੀ ਹੁੰਦੀ ਹੈ ਅਮੀਰ ਤੇ ਗਰੀਬ ਦੀ ਠੀਕ ਹੈ ਬੇਟਾ ਫਿਰ ਤੁਹਾਡਾ ਸੈਕੰਡ ਪੈਰਾ ਤੁਸੀਂ ਜਰੂਰ ਪੈਰਾ ਚੇਂਜ ਕਰਿਆ ਕਰੋ ਇਹਦੇ ਨਾਲ ਇੱਕ ਬਹੁਤ ਹੀ ਅੱਛਾ ਇਫੈਕਟ ਪੈਂਦਾ ਹੈ ਜਦੋਂ ਐਗਜ਼ਾਮੀਨਰ ਜਿਹੜਾ ਹੈ ਉਹ ਸੌਰੀ ਜਦੋਂ ਤੁਹਾਡੇ ਪੇਪਰ ਚੈੱਕ ਹੁੰਦੇ ਨੇ ਠੀਕ ਹੈ ਬੇਟਾ ਤੁਹਾਡਾ ਸੈਕੰਡ ਪੈਰਾ ਹੈ ਕਹਿੰਦਾ ਡਾਲ ਹੋਸ ਇਜ਼ ਅ ਗਿਫਟ ਰੀਸੀਵਡ ਬਾਈ ਅ ਰਿਚ ਐਂਡ ਵੈਲ ਟੂ డు ਫੈਮਿਲੀ ਕਹਿੰਦਾ ਕਿ ਜਿਹੜਾ ਡਾਲ ਹੋਸ ਹੀ ਇੱਕ ਬਹੁਤ ਹੀ ਆਂਟੀ ਜਿਹੜੀ ਉਹਨੇ ਇੱਕ ਆਂਟੀ ਨੇ ਦਿੱਤਾ ਜਿਹੜੇ ਕਿ ਇਸ ਫੈਮਿਲੀ ਨੂੰ ਦਿੱਤਾ ਜਿਹੜਾ ਆਲਰੇਡੀ ਵੈਲ ਫੈਮਿਲੀ ਹੀ ਠੀਕ ਹੈ ਜਾਂ ਕਹਿ ਸਕਦੇ ਹੋ ਕਿ ਡਾਲ ਹਾਊਸ ਅਮੀਰ ਪਰਿਵਾਰ ਦੁਆਰਾ ਹਾਸਲ ਕੀਤਾ ਗਿਆ ਇੱਕ ਤੋਹਫਾ ਹੀ ਠੀਕ ਹੈ ਇਟ ਇਜ਼ ਅ ਪੋਸੈਸ਼ਨ ਆਫ ਅ ਇਲਾਈਟ ਸੁਪੀਰੀਅਰ ਕਲਾਸ ਇ ਰਾਈਟ ਵੀ ਕਹਿ ਸਕਦੇ ਹੋ ਸੁਪੀਰੀਅਰ ਵੀ ਕਲਾਸ ਕਹਿ ਸਕਦੇ ਹੋ ਕਹਿੰਦਾ ਕਿ ਇਹ ਜਿਹੜਾ ਹੈ ਇੱਕ ਵਧੀਆ ਵਰਗ ਦੇ ਕਬਜ਼ੇ ਵਿੱਚ ਹੈ ਕਹਿੰਦਾ ਮਤਲਬ ਕਿ ਇਹ ਡਾਲ ਹਾਊਸ ਜਿਹੜਾ ਹੀ ਉਹੋ ਜੀ ਫੈਮਿਲੀ ਨੂੰ ਦਿੱਤਾ ਗਿਆ ਜਿਹੜਾ ਪਹਿਲੇ ਆਲਰੇਡੀ ਰਿਚ ਹੀ ਤੇ ਉਹਨਾਂ ਦੇ ਕਬਜ਼ੇ ਵਿੱਚ ਹੀ ਇਹ ਡਾਲ ਹਾਊਸ ਠੀਕ ਹੈ ਦਸੋ ਇਟ ਟੂ ਆਲ ਦਾ ਚਿਲड्रन ਐਕਸੈਪਟ ਕੈਪਟ ਦਾ ਕੈਲਵੀ ਠੀਕ ਹੈ ਕਹਿੰਦੇ ਕਿ ਇਹ ਡੋਲ ਹਾਊਸ ਸਾਰੇਆਂ ਬੱਚਿਆਂ ਨੂੰ ਦਿਖਾਇਆ ਗਿਆ ਸਿਵਾਏ ਕੈਲਵੀ ਫੈਮਿਲੀ ਦੇ ਠੀਕ ਹੈ ਫਿਰ ਕਹਿੰਦੇ ਐਲਸੀ ਸੀ ਦਾ ਲਾਈਟ ਇਨ ਦਾ ਲੈਂਪ ਕਹਿੰਦੇ ਕਿ ਐਲਸੀ ਨੇ ਜਦੋਂ ਉਹਨਾਂ ਨੇ ਕੈਲਵੀ ਬਨੇਲ ਫੈਮਿਲੀ ਦੀ ਇੱਕ ਲੜਕੀ ਜਿਹੜੀ ਉਹ ਉਹਨਾਂ ਨੂੰ ਬਹੁਤ ਮਤਲਬ ਹਮਦਰਦੀ ਰੱਖਦੀ ਸੀ ਤੇ ਜਦੋਂ ਉਹਨੇ ਦੇਖਿਆ ਜਦੋਂ ਕੋਈ ਉਹਨੇ ਮੌਕਾ ਵੇਖਿਆ ਤੇ ਉਹਨੇ ਆਪਣੇ ਘਰ ਇਨਵਾਈਟ ਕੀਤਾ ਤੇ ਆਂਟੀ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਜਿਹੜਾ ਇਹ ਡੋਲ ਹਾਊਸ ਵਿਖਾ ਦਿੱਤਾ ਠੀਕ ਹੈ ਤੇ ਕਹਿੰਦੇ ਕਿ ਐਲਸੀ ਜਿਹੜੀ ਹੈ ਉਹ ਲੈਂਪ ਦੇਖਦੀ ਹੈ ਲੈਂਪ ਦੀ ਲੈਂਪ ਦੀ ਲਾਈਟ ਉਹਨੇ ਵੇਖੀ ਸ਼ੀ ਗਿਵ ਹਿਸ ਸਮਾਈਲ ਕਹਿੰਦੇ ਕਿ ਉਹ ਉਹ ਨੂੰ ਵੇਖ ਕੇ ਖੁਸ਼ ਹੋ ਗਈ ਠੀਕ ਹੈ ਉਹਦੇ ਤੇ ਮੁਸਕਰਾਟ ਦਿੰਦੀ ਹੈ ਜਦੋਂ ਉਹਨੇ ਲੈਂਪ ਵੇਖੀ ਐਲਸੀ ਨੇ ਠੀਕ ਹੈ ਦਾ ਲੈਂਪ ਇਜ਼ ਦਾ ਡਾਰ ਹਾਸ ਸਿੰਗਨੀਫਾਈ ਦਾ ਲਾਈਟ ਆਫ ਨੋਲੇਜ ਫ੍ਰੀ ਫ੍ਰੋਮ ਪ੍ਰੀਡੀਅਸ ਸੋਰੀ ਪ੍ਰੈਸ ਜਯੂ ਡਿਸ ਠੀਕ ਹੈ ਕਹਿੰਦੇ ਕਿ ਇਹ ਜਿਹੜੀ ਹੈਗੀ ਹੈ ਲਾਈਟ ਪ੍ਰਕਾਸ਼ ਡੋਲਹੋਸ ਵਿੱਚ ਪੱਖਪਾਤ ਤੋਂ ਬਿਨਾ ਗਿਆਨ ਦੇ ਪ੍ਰਕਾਸ਼ ਦਾ ਮਹੱਤਵ ਦੱਸਦੀ ਹੈ ਠੀਕ ਹੈ ਗਿਆਨ ਦੇ ਪ੍ਰਕਾਸ਼ ਦਾ ਮਤਲਬ ਦੱਸਦੀ ਹੈ ਉਸ ਤੋਂ ਬਾਅਦ ਹਗਾ ਆ ਜਾਂਦਾ ਇਟ ਮੇਕਸ ਦਾ ਕਮਿੰਗ ਆਫ ਅ ਨਿਊ 에ਜ ਵੈਨ ਦਾ ਡਿਸਟ੍ਰਿਕਸ਼ਨ ਬੀਟਵੀਨ ਦਾ ਰਿਚ ਐਂਡ ਪੂਰ ਊਡ ਡਿਸ ਅਪੀਅਰ ਕਹਿੰਦੇ ਕਿ ਇਹ ਜਿਹੜੀ ਲਾਈਟ ਹੈ ਕਹਿੰਦੇ ਇਹ ਨਵੇਂ ਯੁੱਗ ਦੇ ਆਉਣ ਦਾ ਸੰਕੇਤ ਹੈ ਜਦ ਕਿ ਅਮੀਰਾਂ ਤੇ ਗਰੀਬਾਂ ਦੇ ਵਿੱਚ ਜੋ ਵੀ ਭੇਤ ਭਾਵ ਖਤਮ ਕਰ ਦੇਵੇਗੀ ਠੀਕ ਹੈ ਫਿਰ ਕਹਿੰਦੇ ਨੇ ਇਟ ਇਜ਼ ਓਨਲੀ ਅ ਹੋਪ ਕਹਿੰਦੇ ਇਹ ਸਿਰਫ ਇੱਕ achhi ummeed ਹੈ ਇਹ ਸਿਰਫ ਇੱਕ ਆਸ਼ਾ ਕਰ ਸਕਦੇ ਹਾਂ ਵੀ ਕੈਨ ਅ ਵੀ ਕੈਨ ਹੋਪ ਫੋਰ ਦਾ ਬੈਸਟ ਕਹਿੰਦੇ ਕਿ ਇਹ ਹੈ ਅਸੀਂ ਅੱਛੀ ਆਸ ਦੀ ਉਮੀਦ ਵੀ ਕਰ ਸਕਦੇ ਹਾਂ ਜਾਂ ਕਹਿ ਸਕਦੇ ਇਹ ਆਸ ਹੈ ਜਿਹੜੇ ਇੱਕ ਚੰਗੀ ਆਸ ਹੈ ਦੀ ਅਸੀਂ ਉਮੀਦ ਰੱਖ ਸਕਦੇ ਹਾਂ ਅੱਗੇ ਗਾਇ 10 the doll house is quite a significant things ਕਹਿੰਦੇ ਕਿ ਇਸ ਤਰ੍ਹਾਂ ਜਿਹੜਾ ਡਾਲ ਹਾਊਸ ਬੜਾ ਹੀ ਮਹੱਤਵ ਦੀ ਚੀਜ਼ ਹੈ ਠੀਕ ਹੈ ਬੇਟਾ ਹਟਾ ਜਿਹੜਾ ਸੈਕਿੰਡ ਕੁਐਸਚਨ 10 ਨੰਬਰ ਤੇ ਹੈਗਾ ਹੈ ਵੈਰੀ ਵੈਰੀ ਇੰਪੋਰਟੈਂਟ ਇਹਦੇ ਵਿੱਚ ਅਸੀਂ ਕਹਾਂਗੇ ਕਹਿੰਦੇ ਕਿ ਹਾਊ ਡਿਡ the doll house look ਡਾਲ ਹਾਊਸ ਕਿਸ ਤਰ੍ਹਾਂ ਦਿਖਦਾ ਹੈ ਗਿਵ ਮੀ ਬਰੀਫ ਡਿਸਕ੍ਰਿਪਸ਼ਨ ਆਫ ਦਾ ਡਾਲ ਹਾਊਸ ਕਹਿੰਦਾ ਕਿ ਸੰਖੇਪ ਵਿੱਚ ਜਿਹੜਾ ਇਹਦਾ ਵਰਣਨ ਕਰੋ ਤੇ ਇਹਦੇ ਵਿੱਚ ਅਸੀਂ ਕਰਾਂਗੇ ਦਾ ਡਾਲ ਹਾਊਸ ਵਾਸ ਸੈਂਟ ਟੂ ਬਰਨੇਲ ਚਿਲਡਰਨ ਐਜ਼ ਅ ਗਿਫਟ ਬਾਈ ਮਿਸਿਸ ਹੈ ਕਹਿੰਦਾ ਕਿ ਜਿਹੜਾ ਡਾਲ ਹਾਊਸ ਸੀ ਉਹ ਹੈ ਮਿਸਿਸ ਹੈ ਦੁਆਰਾ ਭੇਜਿਆ ਗਿਆ ਸੀ ਇਟ ਵਾਸ ਅ ਲिटल ਹਾਊਸ ਇੱਕ ਛੋਟਾ ਜਿਹਾ ਘਰ ਸੀ ਇਟ ਰੈਸਟਡ ਔਨ ਦਾ ਟੂ ਵੁਡਨ ਬਾਕਸ ਇਨ ਦਾ ਕਾਟ ਯਾਰਡ ਕਹਿੰਦੇ ਕਿ ਇਹ ਇੱਕ ਛੋਟਾ ਜਿਹਾ ਹਾਊਸ ਹੀ ਜਿਹੜਾ ਕਿ ਦੋ ਲੱਕੜੀ ਦੇ ਸੰਦੂਕਾਂ ਤੇ ਵਿਹੜੇ ਵਿੱਚ ਪਿਆ ਹੋਇਆ ਸੀ ਠੀਕ ਹੈ ਨੈਸਟ ਹੈ ਇਟ ਵਾਸ ਫਰੈਸ਼ਲੀ ਪੇਂਟਡ ਇਹਦੇ ਤੇ ਤਾਜ਼ਾ ਤਾਜ਼ਾ ਪੇਂਟ ਹੋਇਆ ਪਿਆ ਹੀ ਇਟ ਵਾਸ ਪੇਂਟਡ ਇਨ ਗ੍ਰੀਨ ਕਲਰ ਵਿਦ ਜੈਲੋ ਸਪੌਟ ਔਨ ਇਟ ਕਹਿੰਦਾ ਕਿ ਇਹਦੇ ਤੇ ਜਿਹੜਾ ਕਲਰ ਹੈ ਉਹ ਗ੍ਰੀਨ ਰੰਗ ਦਾ ਹੈ ਤੇ ਵਿੱਚ ਜੈਲੋ ਸਪੌਟ ਮਤਲਬ ਛੋਟੇ ਛੋਟੇ ਦੱਬੇ ਪਏ ਹੀ ਠੀਕ ਹੈ ਇਟ ਹੈਡ ਟੂ ਸੋਲਿਡ ਚਿਮਨੀ ਔਨ ਇਟ ਇਸ ਰੂਫ ਕਹਿੰਦੇ ਕਿ ਇਹਦੀ ਛਤ ਤੇ ਰੂਫ ਤੇ ਮਤਲਬ ਦੋ ਸੋਲਿਡ ਮਤਲਬ ਠੋਸ ਮਜ਼ਬੂਤ ਚਿਮਨੀਆਂ ਲੱਗੀਆਂ ਹੋਈਆਂ ਹਨ ਦੇ ਵਰ ਪੇਂਟਿੰਗ ਰੈਡ ਐਂਡ ਵਾਈਟ ਤੇ ਉਹਨਾਂ ਤੇ ਹਲਾਲ ਤੇ ਜਿਹੜਾ ਇਹ ਵਾਈਟ ਰੈਡ ਤੇ ਵਾਈਟ ਕਲਰ ਕੀਤਾ ਹੋਇਆ ਹੈ ਦਾ ਡੋਰ ਹੈਡ येलो ਸ਼ਾਈਨਿੰਗ ਵਰਨਿਸ਼ ਔਨ ਇਟ ਤੇ ਡੋਰ ਤੇ येलो ਕਲਰ ਜਿਹੜਾ ਹੈ ਵਰਨਿਸ਼ ਕੀਤਾ ਹੋਇਆ ਹੈ ਇਟ ਹੈਡ 4 ਵਿੰਡੋ ਐਂਡ ਏ ਸਮਾਲ ਪੌਚ ਤੇ ਉਹਦੇ ਜਿਹੜਾ ਹੈਗਾ ਡੋਲ ਹਾਊਸ ਇਹਦੀਆਂ ਜਿਹੜੇ ਚਾਰ ਖਿੜਕੀਆਂ ਤੇ ਮਤਲਬ ਇੱਕ ਵਰਾਂਡਾ ਸੀ ਠੀਕ ਹੈ ਫੇ ਕਹਿੰਦੇ ਦਾ ਫਰੰਟ ਡੋਰ ਆਫ ਦਾ ਡੋਲ ਹਾਊਸ ਵਾਜ਼ ਸਟਕ ਫਾਸਟ ਕਹਿੰਦੇ ਕਿ ਜਿਹੜਾ ਡੋਲ ਹਾਊਸ ਦੇ ਸਾਹਮਣੇ ਦਾ ਦਰਵਾਜ਼ਾ ਮਜ਼ਬੂਤੀ ਨਾਲ ਲੱਗਾ ਹੋਇਆ ਸੀ ਇਟ ਕੁਡ ਬੀ ਓਪਨਡ ਵਿਦ ਪਿਨ ਨਾਈਫ ਕਹਿੰਦੇ ਕਿ ਇਹ ਇੰਨੀ ਮਜ਼ਬੂਤੀ ਨਾਲ ਲੱਗਾ ਹੋਇਆ ਸੀ ਕਿ ਇਹਨੂੰ ਪਿਨ ਨਾਈਫ ਨਾਲ ਹੀ ਖੋਲਿਆ ਜਾ ਸਕਦਾ ਹੈ ਇਟ ਵਾਸ ਅ ਪਰਫੈਕਟ ਲਿਟਲ ਹਾਊਸ ਕਹਿੰਦੇ ਕਿ ਇਹ ਪਰਫੈਕਟ ਅੱਛਾ ਹੈ ਬਹੁਤ ਹੀ ਪਰਫੈਕਟ ਹਾਊਸ ਸੀ ਛੋਟਾ ਜਿਹਾ ਪਰਫੈਕਟ ਹਾਊਸ ਕਿਉਂ ਕਿਹਾ ਗਿਆ ਕਿਉਂਕਿ ਇਹਦੇ ਵਿੱਚ ਹਰ ਇੱਕ ਚੀਜ਼ ਮੌਜੂਦ ਸੀ ਠੀਕ ਹੈ ਜਿਸ ਤਰ੍ਹਾਂ ਕਿ ਕਹਿੰਦੇ ਇਟ ਕੁਡ ਸਰ ਸੌਰੀ ਕਹਿੰਦੇ ਕਿ ਵਨ ਕੁਡ ਸੀ ਦਾ ਡਰਾਇੰਗ ਰੂਮ ਡਾਈਨਿੰਗ ਰੂਮ ਦਾ ਕਿਚਨ ਐਂਡ ਟੂ ਬੈਡਰੂਮ ਇਸ ਕਰਕੇ ਪਰਫੈਕਟ ਹੈ ਕਿਉਂਕਿ ਇਹਦੇ ਵਿੱਚ ਇੱਕ ਡਰਾਈ ਡਾਈਨਿੰਗ ਰੂਮ ਹੈ ਔਰ ਡਰਾਈング ਰੂਮ ਹੈ ਕਿਚਨ ਵੀ ਹੈ ਤੇ ਬੈਡਰੂਮ ਵੀ ਹੈ 올 द रूम वर ਕਵਰਡ ਵਿਦ ਪੇਪਰ ਸਾਰੇ ਰੂਮ ਜਿਹੜੇ ਹੀ ਪੇਪਰ ਨਾਲ ਕਵਰ ਸੀ देयर वर ਪਿਕਚਰ ਔਨ ਦਾ ਵਾਲਸ ਇਹਦੀਆਂ ਦੀਵਾਰਾਂ ਤੇ ਪਿਕਚਰ ਲੱਗੀਆਂ ਔਰ ਤਸਵੀਰਾਂ ਲੱਗੀਆਂ ਹੋਈਆਂ ਸਨ ਦਾ ਫਲੋਰ ਆਫ ਦਾ ਰੂਮਸ ਵਾਰ ਕਵਰਡ ਵਿਦ ਅ ਰੈਡ ਕਾਰਪਟ ਤੇ ਜਿਹੜਾ ਫਲੋਰ ਹੀ ਰੂਮ ਦਾ ਉਹ ਰੈੱਡ ਕਾਰਪਟ ਨਾਲ ਕਵਰ ਕੀਤਾ ਹੋਇਆ ਹੈ देयर वर ਰੈੱਡ ਚੇਅਰ ਇਨ ਦਾ ਡ్రਾਈing ਰੂਮ ਤੇ ਡ్రਾਈing ਰੂਮ ਵਿੱਚ ਰੈੱਡ ਚੇਅਰ ਰੱਖਿਆ ਹੋਇਆ ਸੀ ਦਾ ਡਾਈਨਿੰਗ ਰੂਮ ਹੈਡ ਅ ਗ੍ਰੀਨ ਚੇਅਰ ਤੇ ਡਾਈਨਿੰਗ ਰੂਮ ਵਿੱਚ ਗ੍ਰੀਨ ਚੇਅਰ ਹੀ ਬਿਸਾਈਡ ਦਾ ਡੋਲ ਹਾਊਸ ਹੈਡ ਇਨ ਅ ਸੌਰੀ ਇਨ ਇਟ ਟੇਬਲਸ ਬੈਡਸ ਰੀਅਲ ਬੈਡ ਕਵਰ ਇੱਕ ਕ੍ਰੈਡਲ ਸਟੋਵ ਡਰੈਸਰ ਵਿਦ ਟਿਨੀ ਪਲੇਟਸ ਐਂਡ ਬਿਗ ਜੱਗ ਕਹਿੰਦੇ ਕਿ ਇਸ ਡਾਲ ਹਾਊਸ ਦੇ ਵਿੱਚ ਮਤਲਬ ਅਸਲੀ ਵਾਲਾ ਕਪੜਾ ਵਛਾਇਆ ਹੋਇਆ ਹੈ। ਵਸਤੂਿਕ ਕਪੜਾ ਜਾਂ ਅਸਲੀ ਕਪੜੇ ਦੇ ਬੈੱਡ, ਇੱਕ ਝੂਲਾ, ਇੱਕ ਸਟੋਵ, ਛੋਟੀਆਂ ਪਲੇਟਾਂ ਦੇ ਨਾਲ ਅਲਮਾਰੀ ਤੇ ਇੱਕ ਵੱਡਾ ਜਿਹਾ ਜੱਗ ਸੀ। ਦਾ ਮੋਸਟ ਬਿਊਟੀਫੁਲ ਥਿੰਗਸ ਇਨ ਦਾ ਡਾਲ ਹਾਊਸ ਬਾਜੇ ਲੈਂਪ। ਕਹਿੰਦੇ ਕਿ ਡਾਲ ਹਾਊਸ ਦੀ ਸਭ ਤੋਂ ਸੁੰਦਰ ਚੀਜ਼ ਕਿਹੜੀ ਸੀ ਇੱਕ ਲੈਂਪ। ਕਹਿੰਦਾ ਦਾ ਆਇਲ ਇਟ ਆਇਲ ਇਨ ਇਟ ਲੁੱਕਡ ਰੀਅਲ ਕਹਿੰਦੇ ਕਿ ਇਹ ਐਨੀ ਸੋਨੀ ਲੈਂਪ ਹੈ ਜਿਹਦੇ ਵਿੱਚ ਆਇਲ ਪਾਇਆ ਹੋਇਆ ਉਹ ਰੀਅਲ ਲੱਗਦਾ ਹੈ ਬਟ ਹੈਗਾ ਆਇਲ ਨਹੀਂ ਕੋਈ ਪਲਾਸਟਿਕ ਦੀ ਚੀਜ਼ ਪਾਈ ਹੋਣੀ ਹੈ ਠੀਕ ਹੈ ਤੇ ਉਹਦੀ ਜਿਹੜਾ ਸ਼ਕਲ ਹੀ ਉਹ ਰੀਅਲ ਵਿੱਚ ਆਇਲ ਲੱਗ ਰਿਹਾ ਸੀ ਠੀਕ ਹੈ ਬੇਟਾ ਇਸ ਤਰ੍ਹਾਂ ਦਾ ਲੈਸਨ ਟੋਟਲੀ ਕੰਪਲੀਟ ਹੈ ਠੀਕ ਹੈ ਬੇਟਾ ਇਹਨਾਂ ਦੇ ਕੁਐਸਚਨ ਆਨਸਰ ਜ਼ਰੂਰ ਕਰ ਲੈਣਾ ਵੈਰੀ ਵੈਰੀ ਇੰਪੋਰਟੈਂਟ ਹੈ ਇਨ ਕੇਸ ਤੁਹਾਨੂੰ ਜਿਹੜਾ 300 ਵਰਡ ਆ ਜਾਣ ਠੀਕ ਹੈ ਜਾਂ ਕਹਿ ਲਓ ਕਿ ਐਸੇ ਟਾਈਪ ਕੁਐਸਚਨ ਆ ਜਾਏ ਤਾਂ ਤੁਸੀਂ ਸਾਰਾ ਜਿਹੜਾ ਕੁਐਸਚਨ ਹੈ ਜਿੰਨੇ ਵੀ ਕੀਤੇ ਆ ਉਹਦੇ ਵਿੱਚ ਤੁਹਾਨੂੰ ਯਾਦ ਹੀ ਹੋਣਗੇ ਤੁਸੀਂ ਉਹ ਸਾਰਾ ਲਿਖ ਦੇਣਾ ਠੀਕ ਹੈ ਬੇਟਾ ਨੀਅਰ ਅਬਾਊਟ 300 ਵਰਡਸ ਠੀਕ ਹੈ ਬੇਟਾ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਟੇਕ ਕੇਅਰ